ਨਾ ਫੈਸਲਾ ਤਾਂ ਸੁਪਤ ਮੋਰਚੇ ਦਾ ਜਿਵੇਂ ਬਾਕੀ ਪੋਲੀਟੀਕਲ ਪਾਰਟੀਆਂ ਉਵੇਂ ਉਹ ਆ ਗਈ ਹੁਣ ਕੋਈ ਫਰਕ ਨਹੀਂ ਰਿਹਾ ਕਿ ਹਾਲੇ ਵੀ ਸੰਯੁਕਤ ਮੋਰਚਾ ਆਮ ਆਦਮੀ ਪਾਰਟੀ ਨਾਲ ਅਲਾਇੰਸ ਕਰਦਾ ਤੇ ਮੈਂ ਕਹਿੰਦਾ ਫਿਰ ਤਾਂ ਰੱਬ ਹੀ ਰੱਬ ਮੈਂ ਤਾਂ ਇਹਦੀ ਗੱਲ ਦਾ ਵਿਰੋਧ ਕਰੂੰਗਾ ਸੰਯੁਕਤ ਮੋਰਚਾ ਆਵੇ ਬਿਲਕੁਲ ਉਹਨਾਂ ਕੋਲ ਹੱਕ ਹੈ ਨੰਗਾ ਚਿੱਟਾ ਹੋ ਕੇ ਆ ਕੇ ਇਲੈਕਸ਼ਨ ਲੜੇ ਬਿਲਕੁਲ ਲੜਨੀ ਚਾਹੀਦੀ ਹੈ ਧਾਂਦਰਾ ਰੋਡਾ ਜਿਹਨੂੰ ਜਸਟਿਸ ਗੁਰਨਾਮ ਸਿੰਘ ਰੋਡ ਕਿਹਾ ਜਾਂਦਾ ਹੈ ਇਸ ਸੜਕ ਦੀ ਹਾਲਤ ਬਹੁਤ ਮਾੜੀ ਹੋ ਗਈ ਇਹ ਸੜਕ ਦੇ ਉੱਤੇ 8 ਕਰੋੜ ਤੇ 61 ਲੱਖ ਰੁਪਇਆ ਲੱਗਣਾ ਹੈ 18 ਫੁੱਟ ਦੀ ਸੜਕ ਬਣਨੀ ਹੈ ਅਤੇ 13.2 ਕਿਲੋਮੀਟਰ ਸੜਕ ਹੈ ਮੈਂ ਧੰਨਵਾਦੀ ਹਾਂ ਸਰਦਾਰ ਚਰਨਜੀਤ ਸਿੰਘ ਚੰਨੀ ਦਾ ਮੁੱਖ ਮੰਤਰੀ ਜੀ ਦਾ ਇਹ ਮੇਰੇ ਹਲਕੇ ਦੀ ਇੱਕ ਲਾਸਟ ਸੜਕ ਐਸੀ ਰਹਿ ਗਈ ਸੀ ਵੱਡੀ ਸੜਕ ਜਿਹੜੀ ਡਿਲੇ ਹੋ ਗਈ ਲੇਕਿਨ ਤੁਸੀਂ ਵੇਖੋਗੇ ਆਉਣ ਵਾਲੇ 15 ਦਿਨਾਂ ਦੇ ਵਿੱਚ ਅਸੀਂ ਇਹਦੇ 'ਤੇ ਫਸਟ ਕਲਾਸ ਪੱਥਰ ਪਾਣੀ ਬਿਲਕੁਲ ਇਹਨੂੰ ਐਨ ਪੱਧਰੀ ਬਣਾ ਦੇਵਾਂਗੇ ਆਹ ਟੈਂਪਰੇਚਰ ਜਿੱਦਣ ਥੋੜ੍ਹਾ ਜਿਹਾ 15-17 ਡਿਗਰੀ ਤੋਂ ਵਧਿਆ ਉਦੋਂ ਇਹਦੇ 'ਤੇ ਅਸੀਂ ਫਸਟ ਕਲਾਸ PC ਪਾ ਦੇਵਾਂਗੇ ਸੋ ਮੈਨੂੰ ਮਾਣ ਹੈ ਸਾਡੀ ਸਰਕਾਰ ਦੇ ਉੱਤੇ ਸਾਡੇ ਲੋਕਾਂ ਦੇ ਉੱਤੇ ਇਸ ਸੜਕ ਦੀ ਹਾਲਤ ਆ ਜਿਹੜੀ ਬਹੁਤ ਮਾੜੀ ਸੜਕ ਦੀ ਤੁਸੀਂ ਅੱਗੇ ਜਾ ਕੇ ਵੇਖੋ ਪਰ ਇਹ ਮੇਰੇ ਹਲਕੇ ਦੀ ਇੱਕ ਮੇਜਰ ਰੋਡ ਇੱਕੋ ਰਹਿ ਗਈ ਸੀ ਜਿਹੜੀ ਅਸੀਂ ਅੱਜ ਪੂਰੀ ਕਰ ਦਿੱਤੀ ਹੈ ਮਟੀਰੀਅਲ ਆਉਣਾ ਸ਼ੁਰੂ ਹੋ ਗਿਆ ਮੈਂ ਅਫਸਰਾਂ ਨੂੰ ਸਖਤ ਹਦਾਇਤਾਂ ਦਿੱਤੀਆਂ ਨੇ ਵੀ ਇਹਦਾ ਜਿਹੜਾ ਕੰਮ ਆ ਉਹ ਵਾਰ ਫੁਟਿੰਗ 'ਤੇ ਚਲਾਉਣਾ ਸੋ ਜਿਹੜਾ ਇਹ ਅੱਜ ਅਸੀਂ ਇੱਥੇ ਇਕੱਠੇ ਹੋਏ ਹਾਂ ਇਹਦੀ ਜਿਹੜਾ ਅਸੀਂ ਫਾਊਂਡੇਸ਼ਨ ਸਟੋਨ ਰੱਖਿਆ ਮੈਂ ਇੱਕ ਵਾਰੀ ਫਿਰ ਆਪਣੀ ਸਰਕਾਰ ਨੂੰ ਸਰਦਾਰ ਚਰਨਜੀਤ ਸਿੰਘ ਚੰਨੀ ਜੀ ਨੂੰ ਸਰਦਾਰ ਨਵਜੋਤ ਸਿੰਘ ਸਿੱਧੂ ਜੀ ਨੂੰ ਅਤੇ ਸਪੈਸ਼ਲੀ ਸ਼੍ਰੀ ਭਾਰਤ ਭੂਸ਼ਣ ਆਸ਼ੂ ਜੀ ਦਾ ਮੈਂ ਬਹੁਤ ਧੰਨਵਾਦੀ ਹਾਂ ਉਹਨਾਂ ਨੇ ਇਸ ਸੜਕ ਨੂੰ ਬਣਾਉਣ ਦੇ ਵਿੱਚ ਮੇਰੇ ਨਾਲ ਮੋਢੇ ਨਾਲ ਮੋਢਾ ਲਾ ਕੇ ਯੋਗਦਾਨ ਪਾਇਆ ਸੋ ਫੂਡ ਐਂਡ ਸਿਵਲ ਸਪਲਾਈ ਮਿਨਿਸਟਰ ਸਾਡੇ ਲੁਧਿਆਣੇ ਦੇ ਨੇ ਮੈਂ ਉਹਨਾਂ ਦਾ ਵੀ ਬਹੁਤ ਧੰਨਵਾਦੀ ਹਾਂ ਐਂਡ ਸਭ ਤੋਂ ਵੱਡਾ ਮੇਰੇ ਜਿਹੜੀ ਇਹ ਟੀਮ ਖੜੀ ਆ ਸਾਰੇ 5 ਸਰਪੰਚ ਇਹਨਾਂ ਦਾ ਧੰਨਵਾਦ ਇਸ ਕਰਕੇ ਕਿ ਹਰ ਰੋਜ਼ ਮੈਨੂੰ ਆ ਕੇ ਕਹਿੰਦੇ ਸੀ ਜੀ ਸਰ ਗਲੀਆਂ ਨਾਲੀਆਂ ਤਾਂ ਅਸੀਂ ਬੜੀਆਂ ਬਣਾ ਦਿੱਤੀਆਂ ਬੜੀਆਂ ਇੰਟਰਲੋਕਿੰਗ ਟਾਈਲਾਂ ਲਾ ਦਿੱਤੀਆਂ ਲੇਕਿਨ ਇਹ ਸੜਕ ਮੇਨ ਸੀ ਮੈਨੂੰ ਬੜੇ ਲੋਕਾਂ ਦੀ ਸ਼ਿਕਾਇਤ ਵੀ ਆਉਂਦੀ ਸੀ ਕਿ ਜੀ ਤੁਸੀਂ ਇਸ ਹਲਕੇ 'ਚ ਕੰਮ ਤਾਂ ਬਹੁਤ ਕਰ ਦਿੱਤਾ ਪਰ ਇਹ ਜਿਹੜੀ ਸੜਕ ਹੈ ਜਸਟਿਸ ਗੁਰਨਾਮ ਸਿੰਘ ਮਾਰਗ ਜਿਹਨੂੰ ਆਪਾਂ ਧਾਂਦਰਾ ਰੋਡ ਕਹਿੰਦੇ ਇਹਦੀ ਵਾਕਈ ਬੁਰੀ ਹਾਲਤ ਸੀ ਪਰ ਅੱਜ ਮੈਂ ਮਾਣ ਨਾਲ ਕਹਿ ਸਕਦਾ ਕਿ ਅਸੀਂ ਗਿੱਲ ਹਲਕੇ ਦੇ ਤਕਰੀਬਨ 90% ਕੰਮ ਕਰ ਦਿੱਤੇ ਅੱਗੇ ਜਾ ਕੇ ਤੁਸੀਂ ਵੇਖੋ ਧਾਂਦਰਾ ਕਲੱਸਟਰ ਦੇ ਵਿੱਚ ਕਿੰਨਾ ਸੋਹਣਾ ਮੈਰਿਜ ਪੈਲਸ ਬਣਾਇਆ ਲੇਕ ਬਣਾਈ ਹੈ ਆਪਣਾ ਸਕਿੱਲ ਸੈਂਟਰ ਬਹੁਤ ਵੱਡਾ ਬਣਾਇਆ ਜਿਹੜੀ ਕਿ ਸਾਡੇ ਜਿਹੜੇ ਸਾਡੇ ਬੱਚੇ ਨੇ ਗਿੱਲ ਹਲਕੇ ਦੇ ਉਹਨਾਂ ਵਾਸਤੇ ਬੜੀ ਵੱਡੀ ਗੱਲ ਹੋਈ ਜਿਹੜਾ ਅਸੀਂ ਸਕਿੱਲ ਸੈਂਟਰ ਬਣਾ ਰਹੇ ਹਾਂ ਇੱਕ ਲੇਕ ਬਣਾਈ ਹੈ LED ਲਾਈਟਾਂ ਲਾਈਆਂ ਨੇ ਸੀਵਰ ਪਾਇਆ ਸਾਰੇ ਥਾਵਾਂ ਦੇ ਉੱਤੇ ਇੰਟਰਲੋਕਿੰਗ ਟਾਇਲ ਦੇ ਨਾਲ ਅਸੀਂ ਸੜਕਾਂ ਖੂਬਸੂਰਤ ਬਣਾ ਦਿੱਤੀਆਂ ਅਤੇ ਇਸੇ ਤਰ੍ਹਾਂ ਹੀ 3 ਦਿਨ ਬਾਅਦ ਅਸੀਂ ITI ਕਾਲਜ ਲੈ ਕੇ ਆਏ ਜਿਹੜੀ ਪਿੰਡ ਹੁਸੈਨਪੁਰਾ ਵਿਖੇ ਉਹਦੀ ਅਸੀਂ ਇਨਾਗੁਰੇਸ਼ਨ ਕਰਨੀ ਹੈ ਮੇਰੀ ਇੱਛਾ ਤਾਂ ਸੀ ਅੱਜ ਬਣ ਕੇ ਤਿਆਰ ਹੋ ਜਾਂਦਾ ਲੇਕਿਨ ਉਹ ਪ੍ਰੋਜੈਕਟ ਵੀ ਮੇਰਾ ਲੇਟ ਹੋ ਗਿਆ ਲੇਕਿਨ ITI ਕਾਲਜ ਦਾ ਅਸੀਂ ਮੋਸਟ ਪ੍ਰੋਬਬਲੀ 29 ਜਾਂ 30 ਨੂੰ ਨੀਂਹ ਪੱਥਰ ਰੱਖ ਰਹੇ ਹਾਂ ਉਹਦਾ ਕੰਮ ਵੀ ਸ਼ੁਰੂ ਹੋ ਜਾਵੇ ਦੇਖੋ ਚੋਣਾਂ ਲੜਨ ਦਾ ਅਧਿਕਾਰ ਤਾਂ ਬਾਬਾ ਸਾਹਿਬ ਅੰਬੇਡਕਰ ਨੇ ਸਾਰਿਆਂ ਨੂੰ ਦਿੱਤਾ ਆਹ ਤੁਸੀਂ ਮੇਰੇ ਇੱਥੇ ਸਾਰੇ ਪ੍ਰੈਸ ਵਾਲੇ ਵੀਰ ਖੜ੍ਹੇ ਹੋ ਮੈਂ ਤਾਂ ਕਹਿੰਦਾ ਤੁਸੀਂ ਵੀ ਇੱਕ ਪ੍ਰੈਸ ਵਾਲੀ ਪਾਰਟੀ ਬਣਾ ਲਓ ਅਤੇ ਚੋਣਾਂ ਦੇ ਵਿੱਚ ਆ ਜਾਓ ਹਰ ਇੱਕ ਨੂੰ ਹੱਕ ਹੈ ਦੇਖੋ ਮੈਂ ਇੱਥੇ ਇੱਕ ਗੱਲ ਕਹਿਣੀ ਚਾਹੁੰਦਾ ਫੈਸਲਾ ਤਾਂ ਸੰਯੁਕਤ ਮੋਰਚੇ ਦਾ ਜਿਵੇਂ ਬਾਕੀ ਪੋਲੀਟੀਕਲ ਪਾਰਟੀਆਂ ਉਵੇਂ ਉਹ ਆ ਗਈਆਂ ਹੁਣ ਕੋਈ ਫਰਕ ਨਹੀਂ ਰਿਹਾ ਪਰ ਜਿਨ੍ਹਾਂ ਲੋਕਾਂ ਨੇ ਸਾਡੇ ਕਿਸਾਨ ਵੀਰਾਂ ਨੂੰ 26 ਜਨਵਰੀ ਅਤੇ 29 ਜਨਵਰੀ ਨੂੰ ਠੋਕਿਆ ਰੱਜ ਕੇ ਕੁੱਟਿਆ ਮਾਰੇ ਆਮ ਆਦਮੀ ਪਾਰਟੀ ਦੇ ਇਹ ਤਾਂ ਕਹਿਣਗੇ ਜੀ ਪੁਲਿਸ ਸਾਡੇ ਅੰਡਰ ਨਹੀਂ ਮੈਂ ਮੰਨ ਲਿਆ ਪੁਲਿਸ ਨੂੰ ਪਰ ਜੇਲ੍ਹਾਂ ਤਾਂ ਕੇਜਰੀਵਾਲ ਦੇ ਅੰਡਰ ਨੇ ਜਿਹੜੇ ਹੈਲਥ ਸਿਸਟਮ ਉਹ ਤਾਂ ਕੇਜਰੀਵਾਲ ਦੇ ਅੰਡਰ ਹੈ ਜਿਹੜੀਆਂ ਸਾਡੇ ਸਰਕਾਰੀ ਵਕੀਲ ਨੇ ਉਹ ਤਾਂ ਕੇਜਰੀਵਾਲ ਦੇ ਅੰਡਰ ਨੇ 86 ਮੇਰੇ ਕੋਲ ਬਿਆਨ ਵੀਡੀਓ ਰਿਕਾਰਡਿੰਗ ਹੈ ਉਹਨਾਂ ਕਿਸਾਨ ਵੀਰਾਂ ਦੀ ਜਿਨ੍ਹਾਂ ਨੂੰ 26 ਜਨਵਰੀ ਅਤੇ 29 ਜਨਵਰੀ ਨੂੰ ਫੜਿਆ ਗਿਆ ਉਹਨਾਂ ਨੂੰ ਜੇਲ੍ਹਾਂ ਵਿੱਚ ਤਸੀਹੇ ਦਿੱਤੇ ਗਏ ਚੱਕੀਆਂ ਵਿੱਚ ਰੱਖਿਆ ਗਿਆ ਉਹਨਾਂ ਦੀ ਜਾਤ ਬਰਾਦਰੀ ਦੇ ਉੱਤੇ 5 ਕਸੇ ਗਏ ਰਿਲੀਜੀਅਨ ਦੇ ਉੱਤੇ 5 ਕਸੇ ਗਏ ਖਾਲਿਸਤਾਨੀ ਕਿਹਾ ਗਿਆ ਚੱਕੀਆਂ ਦੇ ਵਿੱਚ 35 ਤੋਂ 45 ਦਿਨ ਰੱਖਿਆ ਗਿਆ ਕੇਜਰੀਵਾਲ ਨੇ ਫਿਰ ਜਿਹੜਾ ਇਹ ਹੈਲਥ ਸਿਸਟਮ ਡਾਕਟਰਾਂ ਦੀ ਗੱਲ ਕਰਦੇ ਇੱਕ ਡੋਲੋ ਦੀ ਗੋਲੀ ਵੀ ਸਾਡੇ ਕਿਸਾਨ ਵੀਰਾਂ ਨੂੰ ਦਿੱਤੀ ਗਈ ਉਸ ਤੋਂ ਬਾਅਦ ਸਰਕਾਰੀ ਵਕੀਲਾਂ ਨੇ ਗਵਾਹ ਆ ਰਿਟਨ ਪ੍ਰੂਫ ਨੇ ਸਰਕਾਰੀ ਵਕੀਲਾਂ ਨੇ ਜਿਹੜੇ ਕੇਜਰੀਵਾਲ ਦੇ ਨੇ ਸਾਡੇ ਜਿਹੜੇ ਕਿਸਾਨ ਵੀਰ ਸੰਬੰਧੀ ਜ਼ਮਾਨਤਾਂ ਰੱਦ ਕਰਵਾਉਣ ਵਿੱਚ ਕੋਈ ਕਸਰ ਨਹੀਂ ਛੱਡੀ ਅਪੋਜ਼ ਕੀਤਾ ਕਿ ਹਾਲੇ ਵੀ ਸੰਯੁਕਤ ਮੋਰਚਾ ਆਮ ਆਦਮੀ ਪਾਰਟੀ ਨਾਲ ਅਲਾਇੰਸ ਕਰਦਾ ਅਤੇ ਮੈਂ ਕਹਿੰਦਾ ਫਿਰ ਤਾਂ ਰੱਬ ਹੀ ਰੱਖ ਪਾਰਟੀ ਦੇ ਵਿੱਚ
ਨਹੀਂ ਜਿਹੜੀ ਕੋਈ ਉਹਨਾਂ ਦੀ ਗਲਤ ਗੱਲ ਹੋਈ ਆ ਜਿਹੜੀ ਹੁਣ ਤੁਸੀਂ ਮੈਨੂੰ ਦੱਸੀ ਹੈ ਮੈਂ ਤਾਂ ਇਸ ਗੱਲ ਦਾ ਵਿਰੋਧ ਕਰੂੰਗਾ। ਸੰਯੁਕਤ ਮੋਰਚਾ ਆਵੇ ਬਿਲਕੁਲ ਉਹਨਾਂ ਕੋਲ ਹੱਕ ਆ ਨੰਗਾ ਚਿੱਟਾ ਹੋ ਕੇ ਆ ਕੇ ਇਲੈਕਸ਼ਨ ਲੜੇ ਬਿਲਕੁਲ ਲੜਨੀ ਚਾਹੀਦੀ ਹੈ। ਇਹ ਤਾਂ ਲੋਕਾਂ ਨੇ ਡਿਸਾਈਡ ਕਰਨਾ ਕਿ ਲੋਕ ਕੀ ਚਾਹੁੰਦੇ ਆ ਇਕੱਲੇ ਇਹੀ ਕਹਿ ਦੇਣਾ ਇਹ ਤਾਂ ਅੱਜ ਦੀ ਗੱਲ ਹੈ ਨਾ ਇਹ ਤਾਂ ਹੁਣ ਪਤਾ ਲੱਗੂਗਾ ਜਦੋਂ ਆਪਣੀਆਂ ਹੁਣ ਚੋਣਾਂ ਹੋਣਗੀਆਂ ਲੋਕ ਕਿਹਨੂੰ ਫਤਵਾ ਦਿੰਦੇ। ਜਨਤਾ ਦੇ ਸਵਾਲਾਂ ਦੀ ਆਵਾਜ਼ ਸਰਕਾਰ ਤੱਕ ਪਹੁੰਚਾਉਣ ਦੀ ਕਰਾਂਗੇ ਕੋਸ਼ਿਸ਼। ਪੰਜਾਬ ਦੇ ਹਰ ਕਸਬੇ ਦੀ ਕਰਾਂਗੇ ਤੁਹਾਡੇ ਨਾਲ ਗੱਲਬਾਤ। ਪੰਜਾਬ ਦੀ ਸਿਆਸਤ ਨਾਲ ਜੁੜੀ ਕਰਾਂਗੇ ਹਰ ਇੱਕ ਗੱਲਬਾਤ। ਪੰਜਾਬ ਪੰਜਾਬੀਅਤ ਨੂੰ ਆਉਣ ਵਾਲੀਆਂ ਪੀੜ੍ਹੀਆਂ ਤੱਕ ਜਿਉਂਦਾ ਰੱਖਣ ਲਈ ਕਰਾਂਗੇ ਤੁਹਾਡੇ ਨਾਲ ਵਿਚਾਰ। ਇੱਕ ਤਾਂ ਮੈਂ ਚਾਹੁੰਦਾ ਸੀ ਕਿਉਂਕਿ ਜੇ ਇਹਦੀ ਰਿਪੇਅਰ ਕਰਾਉਂਦੇ ਤਾਂ ਇਹਨੇ 6 ਮਹੀਨਿਆਂ 'ਚ ਫਿਰ ਟੁੱਟ ਜਾਣਾ ਸੀ। ਤੁਸੀਂ ਹੈਰਾਨ ਹੋਵੋਗੇ ਇੰਨੀ ਮਜ਼ਬੂਤ ਸੜਕ ਬਣਾ ਰਹੇ ਹਾਂ। ਇਹ 13.2 ਕਿਲੋਮੀਟਰ ਲੰਬੀ ਹੈ। ਵਾਲ ਟੂ ਵਾਲ ਬਣਾ ਰਿਹਾ 18 ਫੁੱਟ ਦੀ ਸੜਕ ਇਹ ਤੇ 8.61 ਕਰੋੜ ਰੁਪਈਆ 8.61 ਕਰੋੜ ਰੁਪਈਆ ਇਸ ਸੜਕ ਤੇ ਲੱਗ ਰਿਹਾ। ਜਿਹੜੀ ਮਾਰਕੇ ਵਾਲੀ ਗੱਲ ਹੋਈ ਹੈ ਮੈਂ ਧੰਨਵਾਦੀ ਹਾਂ ਸ਼੍ਰੀ ਭਾਰਤ ਭੂਸ਼ਣ ਆਸ਼ੂ ਜੀ ਦਾ, ਉਹਨਾਂ ਨੇ ਮੇਰਾ ਬੜਾ ਸਾਥ ਦਿੱਤਾ। ਮੈਂ ਧੰਨਵਾਦੀ ਹਾਂ ਸਰਦਾਰ ਰਵਨੀਤ ਸਿੰਘ ਬਿੱਟੂ ਦਾ। ਇਹ ਸੜਕ ਵੀ ਮੈਂ ਉਹਨਾਂ ਨੂੰ ਵੀ ਅਪਰੋਚ ਕੀਤਾ ਕਿਉਂਕਿ ਇਹ ਲਾਸਟ ਸੜਕ ਰਹਿ ਗਈ ਸੀ, ਪੈਸੇ ਬਹੁਤ ਜ਼ਿਆਦਾ ਲੱਗਣੇ ਸੀ ਅਤੇ ਮੈਨੂੰ ਪ੍ਰੋਬਲਮ ਆ ਰਹੀ ਸੀ। ਮੈਂ ਧੰਨਵਾਦੀ ਹਾਂ ਸਰ ਚਰਨਜੀਤ ਸਿੰਘ ਚੰਨੀ ਦਾ। ਸੋ 8.61 ਕਰੋੜ ਰੁਪਇਆ ਇਸ ਸੜਕ 'ਤੇ ਲੱਗ ਰਿਹਾ। ਜਿਹੜੀ ਸਭ ਤੋਂ ਵਧੀਆ ਗੱਲ ਤੁਹਾਡਾ ਇਹ ਦਾਸ ਕਰਵਾ ਸਕਿਆ, ਇਹ ਸੜਕ ਦੀ 3 ਸਾਲ ਦੀ ਗਰੰਟੀ ਹੈ ਕੰਟਰੈਕਟਰ ਦੀ। ਜੇ ਕਿਤੇ ਕੋਈ ਇਹ ਸੜਕ ਟੁੱਟਦੀ ਹੈ ਭਜਦੀ ਹੈ ਕੋਈ ਪ੍ਰੋਬਲਮ ਆਉਂਦੀ ਹੈ 3 ਸਾਲ ਉਹਦੀ ਜਿਹੜੀ ਰਿਪੇਅਰ ਹੈ ਜੋ ਵੀ ਉਹਦਾ ਕੰਮ ਕਰਵਾਉਣਾ ਉਹ ਕੰਟਰੈਕਟਰ ਦੀ ਜ਼ਿੰਮੇਵਾਰੀ ਹੈ। ਸੋ ਇਹ ਮੈਂ ਸਮਝਦਾ ਇਹ ਆਪਣੀ ਅਚੀਵਮੈਂਟ ਹੈ। ਜੋ ਕੰਮ ਅਸੀਂ 2017 'ਚ ਸ਼ੁਰੂ ਕੀਤਾ ਸੀ, ਥੋੜ੍ਹਾ ਜਿਹਾ ਡਾਟਾ ਤੁਹਾਡੀ ਜਾਣਕਾਰੀ ਬਾਰੇ ਦੱਸਣਾ ਚਾਹੂੰਗਾ ਕਿ 2007-17 ਤੱਕ ਅਕਾਲੀ ਦਲ ਦੀ ਸਰਕਾਰ ਲਈ ਤੁਹਾਡੇ ਪਿੰਡਾਂ ਨੂੰ ਉਹਨਾਂ ਨੇ ਕਿੰਨੇ ਪੈਸੇ ਦਿੱਤੇ ਅਤੇ ਕਾਂਗਰਸ ਪਾਰਟੀ ਨੇ ਅਤੇ ਜਿਸ ਕੈਂਡੀਡੇਟ ਨੂੰ ਤੁਸੀਂ ਚੁਣਿਆ ਉਹਨੇ ਪਿੰਡਾਂ ਨੂੰ ਕਿੰਨੀਆਂ ਗ੍ਰਾਂਟਾਂ ਦਿੱਤੀਆਂ, ਇਹ ਤੁਹਾਨੂੰ ਦੱਸਣਾ ਬਹੁਤ ਜ਼ਰੂਰੀ। ਵੈਸੇ ਤਾਂ ਅਸੀਂ ਸਾਰਾ ਆਉਣ ਵਾਲੇ 1 ਹਫ਼ਤੇ ਦੇ ਵਿੱਚ ਮੈਂ ਆਪਣੇ ਸਾਰੇ ਸਰਪੰਚਾਂ ਨੂੰ ਕਿਹਾ ਕਿ ਜਿੰਨੀ ਜਿੰਨੀ ਤੁਹਾਡੀ ਗ੍ਰਾਂਟ ਆਈ ਹੈ, ਜਿੰਨੀ ਜਿੰਨੀ ਸ਼ਿਵਾਲਿਕ ਸਾਹਿਬ ਨੇ ਗ੍ਰਾਂਟ ਦਿੱਤੀ ਹੈ ਉਹ ਜ਼ਰੂਰ ਦੁਆਰਾ 'ਤੇ ਲਿਖੋ ਤਾਂ ਕਿ ਲੋਕਾਂ ਨੂੰ ਫਰਕ ਜ਼ਰੂਰ ਪਤਾ ਲੱਗੇ, ਜ਼ਰੂਰ ਪਤਾ ਲੱਗਣਾ ਚਾਹੀਦਾ। ਮੈਨੂੰ ਇੱਥੇ ਬੈਠੇ ਨੇ ਸਾਡੇ ਪ੍ਰੈਸ ਵਾਲੇ ਮੱਕੜ ਸਾਹਿਬ ਵੀ ਬੈਠੇ ਨੇ, ਇਹਨਾਂ ਦੀ ਜਿਹੜੀ ਐਂਕਰ ਹੈ ਬੇਟੀ ਨੇ ਮੈਨੂੰ ਸਵਾਲ ਪੁੱਛਿਆ ਕਿ ਆਮ ਆਦਮੀ ਪਾਰਟੀ ਉੱਥੇ 14 ਸੀਟਾਂ ਲਈ ਕੀ ਇਫੈਕਟ ਆਊਗਾ। ਕਿ ਰਾਘਵ ਚੱਡਾ ਇਹ ਕਹਿੰਦਾ ਇਹ ਤਾਂ ਟ੍ਰੇਲਰ ਹੈ, ਮੈਂ ਰਾਘਵ ਚੱਡਾ ਨੂੰ ਇਹ ਕਹਿਣਾ ਚਾਹੁੰਦਾ ਟ੍ਰੇਲਰ ਤਾਂ ਪੰਜਾਬ ਵਾਲਿਆਂ ਨੇ ਪੂਰਾ ਦਿਖਾਇਆ। 2017 'ਚ ਤੁਸੀਂ 21 MLA ਬਣੇ, ਆਮ ਆਦਮੀ ਪਾਰਟੀ ਦੇ 21 MLA ਦਿੱਤੇ, ਜਿਹਦੇ 'ਚ ਜਿਹੜਾ ਕੇਜਰੀਵਾਲ ਅੱਜ ਗਰੰਟੀਆਂ ਦਿੰਦਾ ਫਿਰਦਾ ਹੈ, ਸਭ ਤੋਂ ਵੱਡੀ ਗਰੰਟੀ ਤਾਂ ਹੁੰਦੀ ਹੈ ਕਿ MLA ਭੱਜ ਕੇ ਕਿਸੇ ਪਾਰਟੀ 'ਚ ਨਾ ਜਾਣ। 21 'ਚੋਂ 11 MLA ਕਾਂਗਰਸ ਜੁਆਇਨ ਕਰ ਚੁੱਕੇ ਨੇ, 12 ਛੱਡ ਚੁੱਕੇ ਨੇ, ਤੇ ਮਾਡਲ ਕਿਹੜਾ ਚੰਗਾ ਹੋਇਆ? ਅੱਜ ਮੈਂ TV 'ਤੇ ਵੇਖ ਰਿਹਾ ਸੀ ਰਾਘਵ ਚੱਡਾ ਦਿੱਲੀ ਦਾ ਮਾਡਲ, ਦਿੱਲੀ ਦੇ ਮਾਡਲ ਨਾਲੋਂ ਪੰਜਾਬ ਦਾ ਮਾਡਲ ਲੱਖ ਦਰਜੋ ਚੰਗਾ। ਆਪਾਂ ਕੋਰੋਨਾ ਵੇਖਿਆ, ਆਕਸੀਜਨ ਦੀ ਕਮੀ ਹੋ ਗਈ ਸਾਰੇ ਹਿੰਦੁਸਤਾਨ 'ਚ, 6,000 ਪਰਿਵਾਰ ਦਿੱਲੀ ਤੋਂ ਪੰਜਾਬ ਆ ਕੇ ਠੀਕ ਹੋ ਕੇ ਗਿਆ, 62 ਮੌਤਾਂ ਹੋ ਗਈਆਂ ਦਿੱਲੀ 'ਚ ਆਕਸੀਜਨ ਤੋਂ ਬਿਨਾਂ। ਇਹ ਜਿਹੜਾ ਦਿੱਲੀ